ਮਿਸਕਾਰਦੋਸਤ ਮੈਂ ਤੁਹਾਡਾ ਦੋਸਤ ਮਨੂਮੋਹ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਲਰਕ ਦੀ ਆਈ ਜੋਬ ਰਿਕਰੂਟਮੈਂਟ ਦੀ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਕਲਰਕ ਦੀਆਂ ਪੋਸਟਾਂ ਨੇ ਤੇ ਟੋਟਲ ਪੋਸਟਾਂ ਪੰਜ ਪੋਸਟਾਂ ਨੇ ਤੇ ਸੈਲਰੀ 18000 ਪਲੱਸ ਸੈਲਰੀ ਇੱਥੇ ਰੈਵੀਕੀ ਤੇ ਕੁਆਲਿਫਿਕੇਸ਼ਨ ਦੀ ਗੱਲ ਕਰੀ ਕੋਈ ਵੀ ਗ੍ਰੈਜੂਏਟ ਕੈਂਡੀਡੇਟ ਚਾਹੇ ਤੁਸੀਂ ਬੀਏ ਬੀਕੋਮ ਬੀਐਸਸੀ ਜੋ ਵੀ ਕੀਤਾ ਤਾਂ ਇਸ ਪੋਸਟ ਲਈ ਐਲੀਜੀਬਲ ਹੋ ਪਲੱਸ 10ਵੀਂ ਕਲਾਸ ਵਿੱਚ ਆਪਣੇ ਕੋਲ ਪੰਜਾਬੀ ਸਬਜੈਕਟ ਹੋਣਾ ਲਾਜ਼ਮੀ ਹੈ ਓਕੇ ਤੇ ਹੁਣ ਆਪਾਂ ਗੱਲ ਕਰ ਲਈ ਨੇ ਇਸ ਪੋਸਟ ਨੂੰ ਅਪਲਾਈ ਕਿਵੇਂ ਕਰਨਾ ਇਹ ਪ ਇਸ ਤਰ੍ਹਾਂ ਦਾ ਪਰਫਾਰਮਰ ਜਿਹੜਾ ਡਾਊਨਲੋਡ ਕਰਨਾ ਪੈবে ਜੇ ਤੁਸੀਂ ਡਾਊਨਲੋਡ ਕਰ ਲੋਗੇ ਤਾਂ ਠੀਕ ਹੈ ਨਹੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਮੈਂ ਡਾਊਨਲੋਡ ਕਰਕੇ ਤੁਹਾਨੂੰ ਇੰਸਟਾਗ੍ਰam ਤੇ ਸੈਂਡ ਕਰ ਦੇਵਾਂ ਪਰਫਾਰਮਰ ਡਾਊਨਲੋਡ ਕਰਨ ਤੋਂ ਬਾਅਦ ਇਹ ਫਿਲ ਕਰਨਾ ਹੈ ਆਪਣੀ ਪਾਸਪੋਰਟ ਸਾਈਜ਼ ਫੋਟੋ ਲਗਾਣੀ ਹੈ ਆਪਣਾ ਨੀਮ ਇੱਥੇ ਲਿਖਣਾ ਹੈ ਫਾਦਰ ਨੇਮ ਡੇਟ ਆਫ ਬਰਥ ਆਪਣੀ ਕੈਟਾਗਰੀ ਤੇ ਆਪਣੀ ਨੈਸ਼ਨੈਟੀ ਇੰਡੀਅਨ ਤੇ ਆਪਣਾ ਐਡਰੈਸ ਕੰਟੈਕਟ ਨੰਬਰ ਈਮੇਲ ਐਡਰੈਸ ਤੇ ਆਪਣੇ 10ਵੀਂ ਵੀ ਤੁਸੀਂ दसवीं क्लास ਵਿੱਚ ਪੰਜਾਬੀ ਪਾਸ ਹੋ ਤਾਂ ਇੱਥੇ ਭਾyes ਲਿਖ ਦਾਂਗੇ ਇਸ ਤੋਂ ਬਾਅਦ ਆਪਣੇ ਗ੍ਰੈਜੂਏਸ਼ਨ ਕਿਹੜੇ ਬੋਰਡ ਤੋਂ ਕੀਤੇ ਆ ਜਿਹੜੇ ਸਾਲ ਵਿੱਚ ਕੀਤੀ ਹੈ ਕਿੰਨੇ ਮਾਰਕਸ ਮਿਲੇ ਨੇ ਕਿੰਨੇ ਮਾਰਕਸ ਵਿੱਚੋਂ ਕਿੰਨੇ ਮਿਲੇ ਨੇ ਤੇ ਕਿੰਨੇ ਪਰਸੈਂਟੇਜ ਨੇ ਠੀਕ ਹੈ ਇਸ ਤੋਂ ਲਾਵਾ ਪੋਸਟ ਗ੍ਰੈਜੂਏਟ ਦੀ ਵੀ ਇੱਥੇ ਡਿਟੇਲ ਆਪਾਂ ਫਿਲ ਕਰਨੀਆਂ ਓਕੇ ਫਿਲ ਕਰਨ ਤੋਂ ਬਾਅਦ ਹੋਰ ਕਰਨਾ ਕੁਝ ਨਹੀਂ ਜਸਟ ਆਪਣੀ ਪਲੇਸ ਜਿੱਥੋਂ ਵੀ ਤੁਸੀਂ ਅਪਲਾਈ ਕਰ ਰਹੇ ਹੋ ਪੋਸਟ ਹੈ ਇਹ ਇੱਥੇ ਇੱਥੇ ਉਹ ਡੇਟ ਤੇ ਇੱਥੇ ਸਿਗਨੇਚਰ ਕਰਕੇ ਕਰਨਾ ਕੀ ਹੈ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਇਹਨਾਂ ਦਾ ਦਿੱਤਾ ਹੋਇਆ ਪਤਾ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ Office of the District and Sessions Judge Barnala ایتھے ਆਪਾਂ ਬਾਈ ਪੋਸਟ ਸੈਂਡ ਕਰ ਦਾਂਗੇ ਠੀਕ ਹੈ ਤੇ ਲਾਸਟ ਡੇਟ ਇਸ ਪੋਸਟ ਨੂੰ ਅਪਲਾਈ ਕਰਨ ਦੀ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਲਾਸਟ ਡੇਟ ਤੁਹਾਨੂੰ ਅਪਲਾਈ ਕਰਨ ਦੀ 5 ਵਜੇ ਤੋਂ ਪਹਿਲਾਂ ਪਹਿਲਾਂ ਕਰਨੀ ਆਪਾਂ 30 11 2022 ਠੀਕ ਹੈ 30 ਤਰੀਕ ਤੋਂ ਪਹਿਲਾਂ ਪਹਿਲਾਂ ਕਰ ਦਿਓ ਤਾਂ इजीली ਤੁਹਾਡੀ ਪੋਸਟ ਅੱਧੇ ਪਹੁੰਚ ਜਾਵੇਗੀ ਓਕੇ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਜਾਂ ਇੰਸਟਾਗ੍ਰam ਤੇ ਮੇਰੇ ਨਾਲ ਗੱਲ ਕਰ ਸਕਦੇ ਹੋ